ਇੱਥੇ ਪੜਿਆ ਸੀ ਅਸੀਂ ਨਾ ਤਕਰੀਬਨ ਕੋਈ 1:30-2 ਵਜੇ ਰਾਬਤਾ ਕੀਤਾ ਵਪਾਰੀ ਨਾਲ। ਖੈਰ ਰਾਬਤਾ ਤਾਂ ਪਹਿਲੇ ਵੀ ਆਏ ਉਸ ਆਖਿਆ ਕਿ ਤੁਸੀਂ ਇੰਝ ਕਰੋ ਕਿ ਗੱਡੀ ਕਿਤੇ ਛਾਂ 'ਤੇ ਲਾ ਕੇ ਨਾ ਜੱਟ ਸਕੂਨ ਮਾਰੋ, ਅਤੇ ਹੁਣ ਵਾਲੀ ਧੁੱਪ ਹੈ ਅਤੇ ਥੋੜ੍ਹੀ ਦੇਰ ਠਹਿਰ ਕੇ ਨਾ ਬੰਦੇ ਉਸ ਸੜਕ ਗੱਡੀ ਖਾਲੀ ਕਰਨ ਲੱਗੇ। ਹੁਣ ਜਿਹੜਾ ਉਹਨਾਂ ਦੇ ਸ਼ੁਹਾਰ ਆਉਣਾ ਉਹਨਾਂ ਮੈਂ ਤਾਂ ਸਹਿ ਗਿਆ ਗੱਡੀ ਖੜੀ ਕਰਕੇ, ਅਤੇ ਉਹਨਾਂ ਕੇ ਜਗ੍ਹਾ ਆਖਿਆ ਉਹਨਾਂ ਕਿ ਚਲੋ ਪਹਿਲਾਂ ਉਹ ਗੱਡੀ ਖਾਲੀ ਕਰਨ 'ਚ। ਹੁਣ ਲਾਈਏ ਪਿੱਛੇ ਆਖੇ ਨੇ ਦੋ ਜਗ੍ਹਾ ਤਾਂ ਖਾਲੀ ਕਰਨੀ, ਇੱਕ ਇੱਥੇ ਅਤੇ ਇੱਕ ਨਾਲ ਹੀ ਨਾ ਪਿੱਛੇ। ਇਹਨਾਂ ਕੋਲ ਤਕਰੀਬਨ ਪਿੱਛੇ ਹੁਣ ਇਹ ਗੱਡੀ ਦਾ ਹੀ ਰਹਿੰਦਾ ਬਸ, ਇਵੇਂ ਹੀ ਤਰ੍ਹਾਂ ਦੀ ਕੋਈ ਚਾਂਸ ਬਣ ਗਿਆ ਪਹਿਲੇ। ਹੁਣ ਜੇ ਆਪਣਾ ਸਾਰਾ ਸਿਸਟਮ ਜਿਹੜਾ ਹੈ ਨਾ ਉਹ ਕਲੋਜ਼ ਕਰ ਛੋੜਿਆ ਇਹਨੇ, ਕਿਆ ਰਹਿਣ ਕੇ ਬਾਅਦ ਸੁਣੇ ਲਵਾਣੇ ਦਾ ਬਈ ਐਂਡ ਹੈ, ਲੇਕਿਨ ਮੁੜ ਕੋਈ ਬਣ ਗਿਆ ਉਸ ਦਾ ਹਿਸਾਬ। ਯਾਰ ਗੱਡੀ ਖਾਲੀ ਕਰਕੇ ਨਿਕਲੇ ਆ ਨਾ, ਖਾਲੀ ਇੱਕ ਤਾਂ ਬੜੀ ਲੇਟ ਕੀਤੀ ਇਹਨੇ, ਮਜ਼ਦੂਰ ਘੱਟ ਹਨ, ਮਿੱਠੇ ਮਿੱਠੇ ਲੱਗੇ ਰਹੇ, ਰੋਟੀ ਖਾਣ ਦਿਲ ਕੋਈ ਨਾ ਆਈ, ਹਲੇ ਡੀਗਰ ਕੋਲ ਖਾ ਬੈਠਿਆ ਸੀ ਰੋਟੀ। ਮੁਜ਼ੱਫਰਾਬਾਦ ਆਇਆ ਇੱਥੇ ਲੈਣ ਬਰਗਰ, ਉਹ ਖਾਂਦੇ ਪੈਂਦੇ ਆ ਬਿਰਾ ਖਾਮ ਲੈਣ ਆ ਜਾਣਾ। ਥੋੜ੍ਹਾ ਕਿਤੇ ਬੰਪਰ ਵੈਲਡ ਕਰਾਵਣਾ ਅਤੇ ਇਹਨੂੰ ਮੈਂ ਕਿਹਾ ਚੇਂਜ ਕਰ, ਜਿਹੜਾ ਬੈਟਰੀਆਂ ਲਏ ਨਾ ਅਰਥ ਉਹ ਖੋਲ ਚਾ ਬਈ ਹੈ ਨਾ ਵੈਲਡ ਨਾ ਖੋਲਣਾ ਪੋਸਣ ਗਏ ਡੱਕਣ ਬੈਟਰੀਆਂ ਦੇ, ਅਤੇ ਸ਼ਹਿਜ਼ਾਦਾ ਪਤਾ ਕਿਹੜਾ ਖੋਲੇ ਬੈਠਾ, ਪਰ ਜਿਹੜਾ ਅਰਥ ਨਹੀਂ ਲੱਗਾ ਹੁੰਦਾ ਸਲਫ ਅਤੇ ਫਰੇਮ ਨੂੰ ਉਹ ਸੁਭਾਨ ਅੱਲਾ। ਨਹੀਂ ਇਹਦੇ ਨਾਲ ਮੁੜ ਕੇ ਅਰਥ ਇਹ ਅਰਥ ਖੁੱਲ ਜਾਵੇ ਆ ਹੁਣ ਯਾਰ, ਮੈਨੂੰ ਪਤਾ ਜੀ ਕੋਈ ਨਾ ਪਤਾ ਹੋ ਗਿਆ ਤਾਂ ਮੁੜ ਤਾਂ ਜੀ ਹੁੰਦਾ ਮੈਨੂੰ ਪਤਾ ਕੋਈ, ਇਹ ਤੈਨੂੰ ਪਤਾ ਜਿਹੜੇ ਵੈਲਡ ਕਰਾਵਣਾ ਹੈ ਉਹ ਅਰਥ ਜੁੱਤੇ ਵੀ ਮੈਂ ਕਿਹਾ ਵੀ ਟੱਕਣ ਨਾ ਖੁੱਲਦੇ ਪਵਨ ਬੈਟਰੀਆਂ ਦੇ, ਅਤੇ ਉਦੋਂ ਬੈਟਰੀਆਂ ਤਾਂ ਖੁੱਲਦਾ ਹੀ ਹੈ ਖੁੱਲਣਾ ਹੀ ਯਾਰ, ਹੁਣ ਨਹੀਂ ਪਤਾ ਲੱਗਾ ਮੈਂ ਕਿ ਖੈਰ ਭੀੜ ਹੀ ਨਹੀਂ ਗਿਆ ਫੈਕਟਰੀ ਆਇਆ ਖਲੋ, ਤੈਂ ਕਾਗਜ਼ ਕੁਗਜ਼ ਦਿੱਤੇ ਨਾ, ਹਾਲੇ ਤੱਕ ਮੁੜ ਐਲਾਨ ਕੋਈ ਨਹੀਂ ਹੋਇਆ। ਐਵੇਂ ਨਿੱਕੀ ਸਾਰੀ ਗੱਲ ਜਿਹੜੀ ਹੈ ਨਾ ਉਹ ਆਪਣੇ ਪਿਰਾਵਾਂ ਦੇ ਨਾਲ ਨਾ ਸ਼ੇਅਰ ਕਰਨੀ ਆਈ, ਕਿ ਕਦੀ ਇੰਝ ਹੁੰਦਾ ਹੈ ਕਿ ਥੋੜ੍ਹਾ ਜਿਹਾ ਨਾ ਯਾਨੀ ਕਿ ਨੁਕਸ ਛੋਟਾ ਹੁੰਦਾ ਗੱਡੀ, ਕੋਈ ਫਾਲਟ ਛੋਟਾ ਹੁੰਦਾ ਹੈ ਅਤੇ ਮਿਸਤਰੀਆਂ ਨੂੰ ਪਤਾ ਨਹੀਂ ਲੱਗਦਾ ਜਿਹੜੇ ਇੰਨੇ ਸੜਕ 'ਤੇ ਬੈਠੇ ਹੁੰਦੇ ਨੇ ਮਿਸਤਰੀ, ਲਿਹਾਜ਼ਾ ਉਹਨਾਂ ਤੋਂ ਬਚਿਆ ਕਿਸੇ ਨੇ ਚੰਗੇ ਜਾਣ ਵਾਲੇ ਕੋਲ ਨਾ ਉਹਦੇ ਕੋਲ ਜਾ ਕੇ ਮਸ਼ਵਰਾ ਲੈ ਲਿਆ ਜਾਂ ਕੰਮ ਕਰਾ ਲਿਆ। ਇੰਝ ਆਏ ਕਿ ਮੇਰੀ ਗੱਡੀ ਕਿਸੇ ਵੇਲੇ ਇਸਾਟ ਹੋ ਜਾਂਦੀ ਹੈ, ਸਲਾ ਫਿਸਾਟ ਅਕਸਰ ਰਾਤ ਨੂੰ ਜਿਹੜੇ ਲਾਈਟਾਂ ਬੱਲਣਾ ਉਹਨਾਂ ਦੀ ਇਸਾਟ ਕੋਈ ਨਹੀਂ ਹੁੰਦੀ। ਪਿਛਲੇ ਦਿਨ ਵੀਡੀਓ ਦੇ ਵਿੱਚ ਤੁਸੀਂ ਪਿਛਲੀ ਇੱਕ ਦੋ ਵੀਡੀਓ ਦੇ ਵੇਖਿਆ ਸੀ ਕਿ ਮੈਂ ਕਲਰ ਕਾਰ ਆਇਆ ਉੱਥੇ ਆ ਕੇ ਗੱਡੀ ਚੈੱਕ ਕਰਾਈ, ਉਹਨਾਂ ਆਖਿਆ ਬੈਟਰੀਆਂ ਦਾ ਮਸਲਾ, ਉਹਨਾਂ ਅਗਲਾ ਤੇਜ਼ਾਬ ਹਟਾ ਕੇ ਬੈਟਰੀਆਂ ਚਾਰਜਿੰਗ 'ਤੇ ਲਾ ਕੇ ਕਰ ਥਾਲੀ ਤਾਰ ਆਈ ਉਹਨਾਂ ਨਵੀਂ ਪਾ ਦਿੱਤੀ। ਅੱਛਾ ਉਹਲੇ ਵਕਤੀ ਲੱਗੀ ਹੋਈ ਆ ਇਹ ਚਾਰਜਿੰਗ ਹੋਈਆਂ ਵੀ ਹਨ ਬੈਟਰੀਆਂ, ਗੱਡੀ ਸਟਾਰਟ ਹੁੰਦੀ ਰਹੀ ਨਾਲੇ ਉਹਨਾਂ ਵੀ ਦਿਨ ਦੇ ਟਾਈਮ 'ਤੇ ਹੋ ਜਾਂਦੀ ਹੈ, ਰਾਤ ਨੂੰ ਅਕਸਰ ਨਹੀਂ ਆਉਂਦੀ। ਮੈਂ ਨਾ ਫੋਨ ਕੀਤਾ ਇਸ ਕੋਲੋਂ ਨਾ, ਮੈਂ ਟੈਂਕੀ 'ਤੇ ਚੱਲਿਆ ਸੀ ਨਾ ਸਾਹੀਵਾਲ ਅਤੇ ਵਾਹਿਦ ਖਾਨ ਪਠਾਨ ਹੈ ਸਾਹੀਵਾਲ ਟਰੱਕ ਅੱਡੇ ਨਾ, ਉਹਦੀ ਇਲੈਕਟ੍ਰੀਸ਼ਨ ਹੈ, ਚੰਗਾ ਇਲੈਕਟ੍ਰੀਸ਼ਨ ਹੈ, ਉਹਦੇ ਕੋਲ ਮੈਂ ਕੰਮ ਸ਼ੰਮ ਕਰਿੰਦਾ। ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਬਾਈ ਜਾਣਾ ਇਹ ਮਸਲਾ ਗੱਡੀ ਨੂੰ, ਉਹ ਸਕੇ ਯਾਰ ਉਹ ਜਾਣਾ ਤੂੰ ਤੇਰਾ ਨਾ ਜਨਰੇਟਰ ਸਹੀ ਕੰਮ ਨਹੀਂ ਕਰਿੰਦਾ ਪਿਆ, ਕੰਮ ਕਰਿੰਦਾ ਇਤਨਾ ਕੰਮ ਕਰਿੰਦਾ ਵੀ ਬੱਤੀ ਮਰ ਜਾਂਦੀ ਹੈ, ਤਾਂ ਲੱਗਦਾ ਹੈ ਕਿ ਜਨਰੇਟਰ ਕੰਮ ਠੀਕ ਕਰਦਾ ਪਿਆ ਹੈ, ਬਾਕੀ ਤੇਰਾ ਸਲਫ ਵੀ ਠੀਕ ਹੈ, ਬੈਟਰੀਆਂ ਵੀ ਠੀਕ ਹਨ, ਤੂੰ ਨਾ ਚੈੱਕ ਕਰਾ ਜਾਂ ਉਹਦਾ ਨਾ ਕਟਆਊਟ ਤੂੰ ਬਦਲ ਲਾ। ਆਏ ਮੇਰੇ ਹੱਥ 'ਤੇ ਵੇਦੇ ਪਏ ਉਹ ਅਕਸਰ ਗੱਡੀਆਂ ਨੂੰ ਬਾਹਰ ਲੱਗੇ ਹੁੰਦਾ ਜਨਰੇਟਰ, ਤੂੰ ਤਾਂ 7D ਦਿੰਦਾ ਜਨਰੇਟਰ ਦੇ ਵਿੱਚ ਉਹਨਾਂ ਬਾਹਰ ਜੇ ਪਲੇਟ ਖੋਲ੍ਹ ਕੇ ਨਾ ਤਾਂ ਇਹ ਚੇਂਜ ਹੋ ਜਾਂਦਾ।
ਇਹ ਮੈਂ ਘਰ ਲਿਆ ਜੀ। ਇਹ ਜਾਂਦਾ ਪਿਆ ਮੂੰ ਲੱਦ ਕੇ ਅਤੇ ਇਹ ਮੈਂ ਮੰਡੀ ਬਾਵਲ ਦੀਨ ਦੇ ਵਿੱਚ ਲੈ ਕੇ ਰੱਖ ਲਿਆ ਜੀ। ਰਾਤ ਵਿੱਚ ਮੁੜ ਗੱਡੀ ਮੇਰੀ ਹਰਕਤ ਕੀਤੀ, ਮੈਂ ਕੋਈ ਨਾ ਚੇਂਜ ਕੀਤਾ। ਖੈਰ ਅੱਜ ਨਾ ਮੈਂ ਇਹ ਚੇਂਜ ਕੀਤਾ। ਚੇਂਜ ਕਰਨ ਤੋਂ ਬਾਅਦ ਗੱਡੀ ਇੰਨੇ 5 ਮਿੰਟ ਸਾੜ ਰਹੀ ਹੈ ਅਤੇ ਗੱਡੀ ਜਨਾਬ ਹੁਣ ਇੰਨੇ ਇਸ਼ਾਰੇ 'ਤੇ ਸਾੜ ਰਹੀ ਹੈ। ਪਹਿਲੇ ਧੱਕਾ ਲੈਂਦੇ ਆ, ਧੱਕਾ ਲੈਂਦੇ ਆਏ 2-3 ਵਾਰੀ ਨਾ ਗੱਡੀ ਸਟਾਰਟ ਕੋਈ ਨਹੀਂ ਹੋਈ, ਧੱਕਾ ਲਾਇਆ। ਆ ਕਟਾਊਟ ਹੈ ਕਿੰਨਾ 450-500 ਰੁਪਈਏ ਦਾ ਆਇਆ। ਮੇਰੀ ਗੱਲ ਕਰਨ ਦਾ ਮਕਸਦ ਇਹ ਕਿ ਹੁਣ ਇਹ ਵੇਖੋ ਉਹ ਇਲੈਕਟ੍ਰੀਸ਼ਨ ਤੈਨੂੰ ਹੁਣ ਮੈਂ ਆਖਿਆ ਵੀ ਇਹ ਕਿ ਯਾਰ ਤੂੰ ਜਨਰੇਟਰ ਠੀਕ ਕੰਮ ਕਰਨ ਦਾ ਪਿਆ। ਉਸ ਆਪਣੀ ਦਿਹਾੜੀ ਲਾ ਲਈ, ਬੈਟਰੀਆਂ ਦਾ ਅੱਗੇ ਠੀਕ ਆਈ, ਅਗਲਾ ਤੇਜ਼ਾਬ ਕੱਢ ਕੇ ਹੋਰ ਪਾ ਦਿੱਤੋ, ਚਾਰਜਿੰਗ ਲਾ ਦਿੱਤੀ, ਉਸ ਬੈਟਰੀਆਂ ਦਾ ਮਸਲਾ ਹੀ ਕੋਈ ਨਾ। ਅਤੇ ਇਸ ਵਾਸਤੇ ਜਿਹੜਾ ਕੋਈ ਹੋਵੇ ਕਿਸੇ ਚੰਗੇ ਜਾਣਨ ਵਾਲੇ ਮਿਸਤਰੀ ਕੋਲ ਕੰਮ ਕਰਾਇਆ ਜਾਂ ਉਹਦੇ ਕੋਲ ਗੱਲ ਪੁੱਛ ਲਈ। ਸਾਡੀ ਲੋਡ ਹੋਈ ਬੜੀ ਲੇਟ, ਤਕਰੀਬਨ 12 ਵਜੇ ਨਿਕਲਿਆ ਫੈਕਟਰੀ ਦੇ ਵਿੱਚ। ਉੱਥੇ ਹੁਣ ਹੈਗੇ ਤਾਂ ਟਾਈਮ ਆਉਂਦਾ ਪਿਆ, ਹੁਣ ਮੈਂ ਲਾਉਂਦਾ ਪਿਆ ਕਲਰ ਕਾਰ। ਕੋਸ਼ਿਸ਼ ਸਾਡੀ ਇਹ ਆਉਣੀ ਹੈ ਕਿ ਅਸੀਂ ਨਾ ਸੁਬਹ ਨਾ ਕਿਤੇ ਅਹਿਮਦਨਗਰ ਟੱਪ ਜਾਵੀਏ, ਕਿਉਂਕਿ ਉੱਥੇ ਹੁਣ ਉਹਨਾਂ ਹੈਵੀ ਟ੍ਰੈਫਿਕ ਦਾ ਦਾਖਲਾ ਮਮਨੂ ਕੀਤਾ ਹੋਇਆ ਅਤੇ ਉਹ ਚਲਾਨ ਬੜਾ ਜ਼ਿਆਦਾ ਕਰਾਉਂਦੇ ਨੇ। ਹਾਲਾਤ ਹੈ ਜੀ, ਇਹ ਸ਼ਾਇਦ ਮੇਰੇ ਨਾਲ ਆਇਆ ਹੋਇਆ ਗੱਡੀ ਸਿੱਖਣ ਵਾਸਤੇ ਅਤੇ ਹੁਣ ਹਾਲੀ ਸਿਰਫ ਇੱਕ ਰਾਹ ਅਤੇ ਪੂਰੀ ਤੌਰ 'ਤੇ ਨਹੀਂ ਜਾ ਗਿਆ। ਮੈਂ ਗੱਡੀ ਲੋਡ ਕਰਨ ਗਿਆ ਤਾਂ ਮੋੜ ਵੀ 3-4 ਘੰਟੇ ਤਾਂ ਸਹਿ ਗਏ ਐਂਡ ਅਤੇ ਹੁਣ ਦਿਨ ਹੋ ਗਿਆ ਅਤੇ ਮੋੜ ਹੀ ਜਨਾਬ ਕਵਾਲੀ ਕਰਨ ਦਾ ਬੈਠਾ। ਸੀਮੈਂਟ ਲਾਇਆ ਹੈ, ਉਹ ਤੁਹਾਨੂੰ ਪਤਾ ਹੁੰਦਾ ਕਿ ਆਪਣਾ ਹੁੰਦਾ ਹੈ ਇਲਾਕੇ ਦਾ, ਆਪਣੇ ਬੁਆਣੇ ਸ਼ਹਿਰ ਦਾ ਹੁੰਦਾ। ਬੁਆਣੇ ਸ਼ਹਿਰ ਦਾ ਤਾਂ ਹੁੰਦਾ ਇੰਨੇ ਨਾ ਕਿ ਉਹਨੇ 200 ਬੋਰੀ ਲੱਦ ਲਿਆਂਦੀ ਆਈ, 100 ਬੋਰੀ ਲਾਈ ਇਹਨੇ ਬੁਆਣੇ ਸ਼ਹਿਰ ਦੇ। ਅਤੇ ਅੱਛਾ, ਬੁਆਣੇ ਦਾ ਤਾਂ ਹੁੰਦਾ ਇੰਨੇ ਨਾ ਕਿ 100 ਬੋਰੀ ਲਾਈਏ ਬੁਆਣੇ ਅਤੇ 100 ਬੋਰੀ ਇਹਨਾਂ ਆਖਿਆ ਜੀ ਜਾ ਕੇ ਲੈਣੀ ਹੈ ਪੈਂਥਲ ਰੋਡ 'ਤੇ ਸਟਾਪ ਮੰਗਵਾਉਣਾ, ਤਕਰੀਬਨ ਬੁਆਣੇ ਤੋਂ 12-13 ਕਿਲੋਮੀਟਰ ਦੂਰ, 13 ਜਾਵਣ ਦੇ 13 ਆਵਣ ਦੇ 26 ਕਿਲੋਮੀਟਰ ਹੈ। 5 ਲੀਟਰ ਡੀਜ਼ਲ ਤਾਂ ਸਮਝੋ ਗਿਆ, 5-6 ਲੀਟਰ ਉਹ ਨੇ ਦੇ ਦੇ ਲੇਖੇ ਨੇ ਦੇਣ ਦੇ ਲੇਖੇ। ਬਹਰਹਾਲ ਇਹ ਲਾਲਚ ਕਰ ਜਿਵੇਂਦਾ ਕਿ ਯਾਰ ਮੁੰ ਚਲੋ ਉੱਥੇ ਇੰਤਜ਼ਾਰ ਕੋਈ ਨਹੀਂ ਕਰਨੇ ਪੈਂਦੀ ਕਿ ਆਪਣੇ ਸਾਹਮਣੇ ਵਿਗਾੜਦਾ ਹੀ ਹੁੰਦਾ, ਵਿਗਾੜ ਮਾਲ ਲੱਭ ਜਾਂਦਾ। ਬਹਰਹਾਲ ਨਾਲ ਚੱਕਰ ਲਾਇਆ ਸਰ ਵਿਰਾਗ ਕਮੈਂਟ ਕਰਿੰਦੇ ਨੇ ਕਿ ਯਾਰ ਕੋਈ ਦੱਸਿਆ ਪੁੱਛੇ ਗਰਬ ਕੀ ਕੁਝ ਬੱਚਾ ਤਿੰਨ ਜੇ ਕਿ ਇਹਦਾ ਪਹਿਲੇ 2-3 ਚੱਕਰ ਲਾਇਆ ਉਹਦਾ 35-35 ਕਿਰਾਇਆ ਸੀ, ਹੁਣ ਉਹ ਸੇਮ ਵਜ਼ਨ ਉਹ ਰੂਟ ਤਾਂ 15 ਕਿਰਾਇਆ ਸੀ। ਸਿੱਧਾ ਸਮਾਂ ਵਿੱਚ ਜਿਹੜਾ ਹੈ 20,000 ਰੁਪਈਆ ਕੋਈ ਨਾ ਕਿਰਾਇਆ। ਉਹ ਮੈਂ ਚਲੋ ਇਹ ਲਾਲਚ ਕਰ ਗਿਆ ਮੋ, ਇੱਕ ਤਾਂ ਤੁਹਾਨੂੰ ਦੱਸਿਆ ਕਿ ਆਪਣਾ ਯਾਨੀ ਕਿ ਚੋਣ ਆਈ ਆ ਵੀ ਆਈ ਉਹਦੀ ਵਜ੍ਹਾ ਤੋਂ ਲਦਣਾ ਪੈ ਗਿਆ, ਨਾਲ ਮੈਂ ਕਿ ਚਲੋ ਵਿਹਲੇ ਖਲੋਤੇ ਹਾਂ ਕੁਇਟੇ ਵਾਲੀ ਹਾਲੀ ਸਹੀ ਕੋਈ ਨਹੀਂ, ਕੋਈ ਰੂਟੀਨ ਚੱਲਦੀ ਪਈ ਉੱਥੋਂ, ਅੱਜ ਗੱਡੀ ਲਦੀਂਦੀ ਵੀ ਆਈ ਕੁਇਟੇ ਦੀ, ਲੇਕਿਨ ਇੱਥੋਂ ਕਿਰਾਇਆ ਆਈ, ਲੇਕਿਨ ਉਦੋਂ ਕਿਰਾਇਆ ਕੋਈ ਨਾ, ਵੱਡੀ ਗੱਡੀ ਦਾ ਨਾ ਉਦੋਂ ਵਾਲੀ ਪੋਜੀਸ਼ਨ ਘੱਟ, ਛੋਟੀ ਗੱਡੀ ਦਾ ਮਾਲ ਲੱਭਦਾ ਏ। ਅਤੇ ਮੈਂ ਚਲੋ 2-3 ਦਿਨਾਂ ਦਾ ਚੱਕਰ ਆਉਣਾ, ਚੱਕਰ ਖੈਰ ਸਾਡਾ 3 ਦਿਨ 4 ਦਿਨ ਸੁਬਹ ਸੁਬਹ ਗੱਡੀ ਖਾਲੀ ਹੋ ਗਈ, 3 ਦਿਨ ਕਰ ਲਿਓ ਤੁਸੀਂ, 3 ਦਿਨਾਂ ਦਾ ਚੱਕਰ ਪੂਰਾ ਹੋਇਆ ਅਤੇ ਗੱਡੀ ਨੂੰ ਜਾ ਕੇ ਬਚਿਆ ਕੋਈ 37,000-38,000 ਰੁਪਈਆ। ਬਹਰਹਾਲ ਚਲੋ ਇਹ ਤਾਂ ਹੋ ਗਈ ਹੁਣ ਨਿਰਵਾਣ, ਉਹਨੇ ਵੈਸੇ ਮੁੱਕ ਗਿਆ। ਨਾਲੇ ਦੱਸਦਾ ਜਾਵਾਂ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਆਖਿਆ ਕਿ ਮੋਬਾਈਲ ਲੈਣਾ ਹੈ ਤਾਂ ਕਿਹੜਾ ਲੈਣਾ ਚਾਹੀਦਾ, ਵੀ ਰਾਵਾਂ ਅਕਸਰ ਦੇ ਕਮੈਂਟ ਉਹਨਾਂ ਕੀਤੇ ਹਨ ਕਿ ਤੂੰ ਨਾ ਆਈਫੋਨ ਨਾ 13 ਪ੍ਰੋ ਮੈਕਸ ਲਾਓ। ਚਲੋ ਪਿਛਲੇ ਤਾਂ ਲੱਗ ਜਾਵਣੇ, ਲੇਕਿਨ ਇਹ ਹੈ ਕਿ ਸ਼ਾਇਦ ਜਿਹੜੀ ਹੈ ਨਾ ਉਹਦੇ ਨਾਲ ਵੀ ਆਦਿ ਵੀ ਲਾਗਿੰਗ ਸ਼ਲਾਗਿੰਗ ਜਿਹੜੀ ਹੈ ਨਾ ਸਹੀ ਹੁੰਦੀ ਹੈ। ਕੱਲ੍ਹ ਨੂੰ ਅੱਲਾ ਖੈਰ ਰੱਖੇ ਜੁੰਮਾ ਅਤੇ ਪਰਸੋਂ ਇਨਸ਼ਾਅੱਲਾ ਤਾਲਾ ਜਿਹੜਾ ਨਾ ਜਿਸਾ ਹੁਣ ਇਹ ਵੀ ਅਗਰ ਕਿਸੇ ਵਿਰਾਹ ਨੂੰ ਕੋਈ ਥੋੜ੍ਹਾ ਗਿਲਮ ਰੱਖਦਾ ਹੋਵੇ ਨਾ ਕਿਹੜੇ ਸ਼ਹਿਰ ਜਾਵਣਾ ਚਾਹੀਦਾ ਕਿ ਤੂੰ ਚੰਗਾ ਲੱਭ ਸੀ। ਚਲੋ ਪੈਸੇ ਤਾਂ 2008 ਜਾਂ ਉੱਤੇ ਜਾਂ 5,000 ਰੇਟ ਉੱਤੇ, ਲੇਕਿਨ ਇਹ ਕਿ ਅੱਜ ਕੱਲ੍ਹ ਇਸ ਦੇ ਵਿੱਚ ਤੁਹਾਨੂੰ ਪਤਾ ਫਰਾਡ ਹੋਊਗਾ ਮੋਬਾਈਲਾਂ ਦੇ ਵਿੱਚ, ਇਹ ਨਾ ਹੋਵੇ ਕੋਈ ਕੁੱਠਾ ਕੀ ਵੀ ਨਾ ਲਿਆ। ਪਰ ਹਾਲੇ ਅੱਜ ਸਾਡੀ ਅੱਜ ਦੀ ਵੀਡੀਓ, ਅਗਰ ਵੀਡੀਓ ਚੰਗੀ ਲੱਗੇ ਤਾਂ ਚੈਨਲ ਹੀ ਸਬਸਕ੍ਰਾਈਬ ਕਰਨਾ, ਨਾਲ ਲੱਗੇ ਹੋਏ ਘੰਟੀ ਦੇ ਬਟਨ ਨੇ ਦਬਾਉਣਾ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਜਿੱਦਣ ਤੱਕ ਆਪਣਾ ਬਿਰਾਨੀ ਜਾ ਦਿਓ, ਪਾਕਿਸਤਾਨ ਜ਼ਿੰਦਾਬਾਦ।